ਸਵਾਦ ਆ ਗਿਆ ਬਾਬਾ ਜੀ, ਥੈਂਕ ਯੂ ਸੋ ਮਚ, ਤੁਸੀਂ ਲਾਜ ਰੱਖ ਲਈ, ਤੁਸੀਂ ਇੱਜ਼ਤ ਬਖਸ਼ੀ। ਮਤਲਬ ਇਹੋ ਜਿਹਾ ਵੀ ਦਿਨ ਆਇਆ ਕਿ ਲੋਕੀ ਕੁੱਕਾ ਹੁੱਕਾ ਸਾਰਾ ਕੁਝ ਮਾਰ ਰਹੇ ਹੈ, ਤੇ ਬਹੁਤ ਬਹੁਤ ਵਧੀਆ ਲੱਗਿਆ। ਬਾਕੀ ਬਹੁਤ ਮਿਹਨਤ ਕੀਤੀ ਆ, ਦਿਨ ਰਾਤ ਕੀਤਾ, ਬਾਕੀ ਚਾਹੇ ਗਰਮੀ ਹੋਵੇ, ਸਰਦੀ ਹੋਵੇ, ਮੀਂਹ ਪੈ ਰਿਹਾ ਹੋਵੇ, ਤੁਸੀਂ ਉੱਥੇ ਪ੍ਰੈਜੈਂਟ ਹੋਣਾ। ਜਿਹੜਾ ਤੁਸੀਂ ਕੰਮ ਕਰਨਾ ਉਹ ਤੁਸੀਂ ਕੰਮ ਕਰਨਾ ਹੀ ਹੈ, ਚਾਹੇ ਤੁਹਾਡੀ ਤਬੀਅਤ ਖਰਾਬ ਹੋਵੇ, ਤੁਸੀਂ ਅੱਕੇ ਹੋਏ ਹੋਵੋ, ਕੁਛ ਵੀ ਹੋਵੇ। ਸੀਗੀ ਤੇ ਉਹ ਸੋ ਨਹੀਂ ਸੀ ਪਾ ਰਹੇ, ਉਹਨਾਂ ਨੇ ਕੀ ਕੀਤਾ ਕਿ ਸਾਰਿਆਂ ਦੇ ਕੁੰਡੇ ਖੜਕਾਏ, ਤੇ ਖੜਕਾਏ ਨਹੀਂ ਉਹਨਾਂ ਨੇ ਕੁੰਡੇ, ਸ਼ੀਸ਼ੇ ਵੱਲ ਵੇਖ ਵੇਖ ਤੱਕੀ ਜਾਨੀ ਆ, ਕਿੰਨੀ ਸੋਹਣੀ ਆ ਮੈਂ ਖੁਦ ਨੂੰ ਦੱਸੀ ਜਾਨੀ ਆ, ਨੈਣਾ ਨੂੰ ਮਟਕਾ ਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਿੰਦਰ ਸਿੰਘ, ਤੇ ਤੁਸੀਂ ਦੇਖ ਰਹੇ ਹੋ ਪੇਂਡੂ ਟੀਵੀ, ਤੇ ਅਸੀਂ ਅੱਜ ਮੁੰਡਾ ਰੌਕਸਟਾਰ ਦੀ ਪ੍ਰੀਮੀਅਰ ਤੇ ਪਹੁੰਚਿਆ, ਤੇ ਸਾਡੇ ਨਾਲ ਮੌਜੂਦ ਨੇ ਰੌਕਸਟਾਰ ਦੇ ਐਂਕਰ, ਮੁੰਡਾ ਰੌਕਸਟਾਰ ਦੇ ਐਂਕਰ ਅਦਿੱਤੀ ਆ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਤੇ ਮੈਂ ਹਾਂ ਬਾਣੀ ਸ਼ੇਰਗਿੱਲ, ਤੇ ਹੁਣ ਮੁੰਡਾ ਰੌਕਸਟਾਰ ਰਿਲੀਜ਼ ਹੋ ਚੁੱਕੀ ਹੈ, ਸਾਡੀ ਫਿਲਮ ਤੋਂ ਹੁਣ ਉਹ ਤੁਹਾਡੀ ਫਿਲਮ ਬਣ ਚੁੱਕੀ ਹੈ, ਬਹੁਤ ਸਾਰਾ ਪਿਆਰ ਦਿਓ। ਮੈਂ ਕਿੱਦਾਂ ਦਾ ਫੀਲ ਹੋ ਰਿਹਾ ਫਿਲਮ ਦੇਖ ਕੇ, ਤੁਸੀਂ ਕਿਰਦਾਰ ਕੀਤਾ ਐਂਕਰ ਦਾ, ਕਿੱਦਾਂ ਕੀ ਤਿਆਰੀਆਂ ਕੀਤੀਆਂ ਉਹਦੇ ਵਾਸਤੇ? ਦੇਖੋ, ਮੈਨੂੰ ਤੇ ਬਹੁਤ ਚੰਗਾ ਫੀਲ ਹੋ ਰਿਹਾ, ਬਾਕੀ ਹੁਣ ਤੁਸੀਂ ਸਾਰੇ ਦੱਸੋਗੇ ਕਿ ਤੁਹਾਨੂੰ ਕਿਹੋ ਜਿਹਾ ਫੀਲ ਹੋਇਆ ਮੇਰਾ ਕਿਰਦਾਰ ਦੇਖ ਕੇ ਜਾਂ ਫਿਰ ਸਾਡੀ ਫਿਲਮ ਦੇਖ ਕੇ। ਬਾਕੀ ਹਾਂਜੀ, ਹਰ ਕਿਰਦਾਰ ਲਈ ਇੱਕ ਮਿਹਨਤ ਤੇ ਕਰਨੀ ਪੈਂਦੀ ਆ, ਤੇ ਇਹ ਜਰਨੀ ਛੋਟੀ ਨਹੀਂ, ਬਹੁਤ ਵੱਡੀ ਜਰਨੀ ਹੈ। 9 ਸਾਲ ਹੋ ਗਏ ਹੁਣ ਕੰਮ ਕਰਦੇ ਨੂੰ, ਤੇ ਤੁਹਾਡੇ ਸਾਰਿਆਂ ਦਾ ਮੇਰੇ ਨੂੰ ਬਹੁਤ ਸਾਥ ਮਿਲਿਆ, ਜਿਹਦੇ ਕਰਕੇ ਮੈਂ ਆਪਣਾ ਇਹ ਕਿਰਦਾਰ ਬਹੁਤ ਚੰਗੇ ਤਰੀਕੇ ਨਾਲ ਨਿਭਾ ਸਕੀ। ਮੈਂ ਤੁਸੀਂ ਬਾਕੀ ਫਿਲਮਾਂ ਵੀ ਕੀਤੀਆਂ ਨੇ, ਤੇ ਹੁਣ ਇਹ ਫਿਲਮ ਦੇ ਵਿੱਚ ਕੀ ਫੀਲ ਹੋਇਆ ਵੀ ਤੁਸੀਂ, ਤੁਹਾਨੂੰ ਕਿਰਦਾਰ ਕੀਤਾ ਇੱਕ ਅਲੱਗ ਤਰ੍ਹਾਂ ਦਾ, ਐਂਕਰ ਦਾ ਕਿਰਦਾਰ ਤੁਸੀਂ ਕੀਤਾ ਪੱਤਰਕਾਰ ਦਾ, ਹਨਾ, ਫਿਰ ਉਹਦੇ ਵਾਸਤੇ ਤਿਆਰੀਆਂ ਕਰਨੀਆਂ ਪੈਂਦੀਆਂ ਨੇ, ਕਿੱਦਾਂ ਲੱਗ ਰਿਹਾ ਸੀ ਅੰਦਰ ਬੈਠੇ, ਤੁਸੀਂ ਫਿਲਮ ਦੇਖ ਰਹੇ ਸੀ ਕੁੱਕਾਂ ਵੱਜ ਰਹੀਆਂ ਸੀ? ਸਵਾਦ ਆ ਗਿਆ ਬਾਬਾ ਜੀ, ਥੈਂਕ ਯੂ ਸੋ ਮਚ, ਤੁਸੀਂ ਲਾਜ ਰੱਖ ਲਈ, ਤੁਸੀਂ ਇੱਜ਼ਤ ਬਖਸ਼ੀ। ਮਤਲਬ ਇਹੋ ਜਿਹਾ ਵੀ ਦਿਨ ਆਇਆ ਕਿ ਲੋਕੀ ਕੁੱਕਾ ਹੁੱਕਾ ਸਾਰਾ ਕੁਝ ਮਾਰ ਰਹੇ ਹੈ, ਤੇ ਬਹੁਤ ਬਹੁਤ ਵਧੀਆ ਲੱਗਿਆ। ਬਾਕੀ ਬਹੁਤ ਮਿਹਨਤ ਕੀਤੀ ਆ, ਦਿਨ ਰਾਤ ਕੀਤਾ, 12-12, 13-13, 17-17 ਘੰਟੇ ਕੰਮ ਕੀਤਾ, ਸਰਦੀ ਹੋਵੇ, ਗਰਮੀ ਹੋਵੇ, ਮੀਂਹ ਪੈਂਦਾ ਹੋਵੇ, ਸਾਰਾ ਬਹੁਤ ਕੰਮ ਕੀਤਾ ਅਸੀਂ, ਬਹੁਤ ਮਿਹਨਤ ਕੀਤੀ ਹੈ। ਸ਼ੂਟਿੰਗ ਦੌਰਾਨ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕਿਰਦਾਰ ਕਰਦੇ ਸੀ? ਯਾਰ, ਪਹਿਲਾਂ ਤਾਂ ਇੰਨੀ ਸਰਦੀ 'ਚ ਤੁਸੀਂ ਕਾਟਨ ਦਾ ਸੂਟ ਪਾ ਕੇ ਘੁੰਮਦੇ ਹੋ, ਹੈ ਨਾ, ਉਹ ਤਾਂ ਸਭ ਤੋਂ ਚੈਲੰਜਿੰਗ ਕੰਮ ਹੁੰਦਾ। ਬਾਕੀ ਚਾਹੇ ਗਰਮੀ ਹੋਵੇ, ਸਰਦੀ ਹੋਵੇ, ਮੀਂਹ ਪੈ ਰਿਹਾ ਹੋਵੇ, ਤੁਸੀਂ ਉੱਥੇ ਪ੍ਰੈਜੈਂਟ ਹੋਣਾ। ਜਿਹੜਾ ਤੁਸੀਂ ਕੰਮ ਕਰਨਾ ਉਹ ਤੁਸੀਂ ਕੰਮ ਕਰਨਾ ਹੀ ਹੈ, ਚਾਹੇ ਤੁਹਾਡੀ ਤਬੀਅਤ ਖਰਾਬ ਹੋਵੇ, ਤੁਸੀਂ ਅੱਕੇ ਹੋਏ ਹੋਵੋ, ਕੁਛ ਵੀ ਹੋਵੇ, ਯੂ ਦ ਸ਼ੋ ਮਸਟ ਗੋ ਔਨ। ਇੱਕ ਕਲਾਕਾਰ ਲਈ ਉਹਦਾ ਕੰਮ ਇੰਨਾ ਜ਼ਰੂਰੀ ਹੁੰਦਾ ਕਿ ਉਹ ਜਾ ਹੀ ਨਹੀਂ ਸਕਦਾ ਉੱਥੋਂ। ਤੇ ਮੈਮ, ਸ਼ੂਟਿੰਗ ਦੌਰਾਨ ਕਈ ਹੈ ਇਦਾਂ ਦੇ ਪਲ ਤੁਹਾਡੇ ਨਾਲ ਬੀਤਦੇ ਨੇ ਨਾ, ਵੀ ਕੋਈ ਪਲ ਤੁਹਾਨੂੰ ਯਾਦ ਹੋਵੇ ਜਿਹੜਾ ਤੁਹਾਨੂੰ ਤੁਸੀਂ ਭੁੱਲ ਨਹੀਂ ਸਕਦੇ ਫਿਲਮ ਦੌਰਾਨ, ਕੋਈ ਵਾਪਰਿਆ ਹੋਵੇ ਐਵੇਂ ਦਾ ਪਲ, ਕੋਈ ਫਨੀ ਪਲ? ਫਨੀ ਪਲ ਤੇ ਇਹ ਸੀਗਾ ਕਿ ਜਿਹੜੇ ਸਾਡੇ ਮੁਹੰਮਦ ਨਾਜ਼ਮ ਨੇ ਉਰਫ ਯੂਵੀ, ਉਹ ਬਹੁਤ ਅਹਿਮ ਜੀ, ਉਹ ਬਹੁਤ ਸ਼ਰਾਰਤੀ ਨੇ, ਉਹ ਏਡੀ ਕੋ ਸ਼ਰਾਰਤੀ ਨੇ ਨਾ, ਉਹਨਾਂ ਨੇ ਨਾ ਇੱਕ ਦਿਨ ਕੀ ਹੋਇਆ ਕਿ ਸਾਡੀ ਨਾ ਫਿਲਮ ਦਾ ਲਾਸਟ ਡੇ ਸੀਗਾ, ਤੇ ਅਸੀਂ ਨਾ ਬਠਿੰਡਾ ਸ਼ੂਟ ਕਰ ਰਹੇ ਸੀਗੇ, ਤੇ 4 ਵਜੇ ਸੀਗੇ, ਕਿਉਂਕਿ ਉਹਨਾਂ ਦੇ ਕਮਰੇ 'ਚ ਇੰਨੀ ਸਮੈਲ ਆ ਰਹੀ ਸੀਗੀ ਤੇ ਉਹ ਸੌ ਨਹੀਂ ਸੀ ਪਾ ਰਹੇ, ਉਹਨਾਂ ਨੇ ਕੀ ਕੀਤਾ ਕਿ ਸਾਰਿਆਂ ਦੇ ਕੁੰਡੇ ਖੜਕਾਏ, ਤੇ ਉਹ ਖੜਕਾਏ ਨਹੀਂ, ਉਹਨਾਂ ਨੇ ਕੁੰਡੇ ਤੋੜੇ, ਤੇ ਜਿਹਦੇ ਕਰਕੇ ਸਾਰੇ ਉੱਠ ਗਏ, ਸਾਰਿਆਂ ਨੂੰ ਟੈਨਸ਼ਨ ਪੈ ਗਈ ਕੌਣ ਹੈ ਕੌਣ ਹੈ, ਤੇ ਅਸੀਂ ਰਾਤ ਨੂੰ 4 ਵਜੇ ਉਹਨਾਂ ਨੂੰ ਲੱਭਦੇ ਫਿਰਦੇ ਸੀਗੇ ਕਿ ਹਾਂਜੀ ਕਿਹਨੇ ਇਹੋ ਜਿਹਾ ਕੰਮ ਕੀਤਾ, ਤੇ ਬਹੁਤ ਮਤਲਬ ਸਵੇਰ ਉੱਠ ਕੇ ਗਾਲਾਂ ਵੀ ਪਈਆਂ ਕਿਉਂਕਿ ਡਾਇਰੈਕਟਰ ਸਰ ਦਾ ਵੀ ਕੁੰਡਾ ਖੜਕਾਤਾ ਸੀਗਾ, ਤੇ ਗਾਲਾਂ ਵੀ ਪਈਆਂ, ਮਜ਼ਾ ਵੀ ਬਹੁਤ ਆਇਆ, ਤੇ ਫਨੀ ਵੀ ਬਹੁਤ ਸੀ। ਤੁਹਾਨੂੰ ਫਿਲਮ ਦੇ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਰੋਲ ਕਿਹਦਾ ਜ਼ਿਆਦਾ ਪਸੰਦ ਲੱਗਿਆ ਤੁਹਾਨੂੰ, ਜਿਹਨੇ ਤੁਹਾਨੂੰ ਜ਼ਿਆਦਾ ਤੁਹਾਨੂੰ ਪਸੰਦ ਆਇਆ ਰੋਲ? ਯਾਰ, ਮੈਂ ਤੇ ਹੁਣ ਇੱਕ ਨਵਾਂ ਕਲਾਕਾਰ ਆ, ਬਾਕੀ ਸਾਰੇ ਮੇਰੇ ਸੀਨੀਅਰ ਨੇ, ਸਾਰਿਆਂ ਦਾ ਰੋਲ ਬਹੁਤ ਹੀ ਸੋਹਣਾ ਸੀਗਾ, ਮੈਂ ਇੱਕ ਦਾ ਤਾਂ ਨਾਮ ਕਦੇ ਲੈ ਹੀ ਨਹੀਂ ਸਕਦੀ ਕਿਉਂਕਿ ਮੂਵੀ ਇੰਨੀ ਘੈਂਟ ਬਣੀ ਹੈ, ਇੰਨੀ ਚੰਗੀ ਬਣੀ ਹੈ ਕਿ ਮਜ਼ਾ ਹੀ ਆ ਗਿਆ। ਗਾਣਾ ਕਿਹੜਾ ਵਧੀਆ ਲੱਗਿਆ ਫਿਲਮ ਦੇ ਵਿੱਚ?
ਸ਼ੀਸ਼ੇ ਵੱਲ ਵੇਖ ਵੇਖ ਤੱਕੀ ਜਾਨੀ ਆ, ਕਿੰਨੀ ਸੋਹਣੀ ਆ ਮੈਂ ਖੁਦ ਨੂੰ ਦੱਸੀ ਜਾਨੀ ਆ, ਨੈਣਾ ਨੂੰ ਮਟਕਾ ਕੇ ਲਾ ਲਾ ਲਾ। ਇਹ ਗਾਣਾ ਮੇਰਾ ਸਭ ਤੋਂ ਫੇਵਰੇਟ ਹੈ। ਹੋਰ ਕੁਛ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਫਿਲਮ ਬਾਰੇ, ਤੁਹਾਡੀ ਫਿਲਮ ਆ ਰਹੀ ਹੈ? ਮੈਂ ਇਹੀ ਕਹਿਣਾ ਚਾਹੂੰਗੀ ਕਿ ਮੁੰਡਾ ਰੌਕ ਸਟਾਰ ਹੁਣ ਥੀਏਟਰ 'ਚ ਲੱਗ ਚੁੱਕੀ ਹੈ, ਅਤੇ ਹੁਣ ਇਹ ਸਾਡੀ ਨਹੀਂ ਤੁਹਾਡੀ ਸਾਰਿਆਂ ਦੀ ਫਿਲਮ ਹੈ। ਬਹੁਤ ਸਾਰਾ ਪਿਆਰ ਦਿਓ ਇਹਦੇ ਵਿੱਚ, ਕਲਾਕਾਰ ਦੀ ਇੱਕ ਜ਼ਿੰਦਗੀ ਦਾ ਆਪਾਂ ਪਲ ਦਰਸਾਏ ਹੈ, ਅਤੇ ਕਿਉਂਕਿ ਪੰਜਾਬ ਦੇ ਵਿੱਚ ਕਲਾਕਾਰ ਹੀ ਕਲਾਕਾਰ ਹੈ, ਅਤੇ ਪੂਰੀ ਅਸੀਂ ਦੁਨੀਆ 'ਤੇ ਰਾਜ ਕਰ ਰਹੇ, ਚਾਹੇ ਉਹ ਮਿਊਜ਼ਿਕ ਹੋਵੇ, ਚਾਹੇ ਉਹ ਬਾਲੀਵੁੱਡ ਹੋਵੇ, ਹਰ ਕਿਤੇ ਪੰਜਾਬੀ ਕਲਾਕਾਰ ਯੂ ਨੋ ਚੱਕ ਦੇ ਫੁੱਟੇ ਟਾਈਪਸ ਹੈ। ਅਤੇ ਇੱਦਾਂ ਹੀ ਕਹੂੰਗੀ ਕਿ ਜ਼ਰੂਰ ਪਿਆਰ ਦਿਓ, ਜ਼ਰੂਰ ਦੇਖਣ ਜਾਇਓ ਸਾਡੀ ਫਿਲਮ। ਬਹੁਤ ਧੰਨਵਾਦ ਜੀ। ਧੰਨਵਾਦ ਜੀ।